ਇਹ ਜਿਹੜਾ ਪੈਟਰੋਲ ਹੈਗਾ ਨਾ, ਇਹ 6 ਰੁਪਏ ਤੇ 5 ਪੈਸੇ, ਔਰ ਲਾਈਟਸ ਡੀਜ਼ਲ 8 ਰੁਪਏ 95 ਪੈਸੇ, ਮਿੱਟੀ ਕਾ ਤੇਲ 4 ਰੁਪਏ 62 ਪੈਸੇ ਮਹਿੰਗਾ। ਹਾਂ, ਛੇ ਸੇ ਆਠ ਹਫ਼ਤੋਂ ਮੇ ਇਲੈਕਸ਼ਨ ਕਾ ਬਿਗਲ ਬਜ ਸਕਤਾ ਹੈ ਇਮਰਾਨ ਖਾਨ, ਮੁਲਕੀ ਇਸਤਕਾਮ ਹਾਂ ਔਰ ਸ਼ਫਾਫ ਇਲੈਕਸ਼ਨ ਸੇ ਹੀ ਮੁਮਕਿਨ, ਚੇਅਰਮੈਨ PTI ਪਾਰਟੀ ਕੋ ਇੰਤਖਾਬਾਤ ਕੀ ਤਿਆਰੀਓ ਕਾ ਟਾਸਕ ਦੇ ਦਿਆ ਗਿਆ, ਅਵਾਮੀ ਸ਼ਗੂਰ ਬੇਦਾਰ ਹੋ ਚੁਕਾ ਹੈ, ਕੌਮ ਕੀ ਤਵਕਾਤ ਪਰ ਅਬ PTI ਹੈ ਔਰ ਪਾਰਟੀ ਤਨਜ਼ੀਮੇ ਇਲੈਕਸ਼ਨ ਕੀ ਤਿਆਰੀਆਂ ਕਰ ਰਹੀ ਹੈ। ਯਾਸਮੀਨ ਰਾਸ਼ਦ ਦੋ ਹਫ਼ਤੇ ਮੇ ਤਨਜ਼ੀਮ ਸਾਜ਼ੀ ਮੁਕੰਮਲ ਕਰੇਗੀ ਔਰ ਸਾਬਕਾ ਵਜ਼ੀਰ ਆਜ਼ਮ ਪੰਜਾਬ ਮੇ ਅਹਿਸਾਸ ਪ੍ਰੋਗਰਾਮ ਫਿਰ ਸ਼ੁਰੂ ਕਰੇਗੇ ਔਰ ਸਾਬਕਾ ਵਜ਼ੀਰ ਆਜ਼ਮ ਔਰ ਵਜ਼ੀਰ ਆਲਾ ਸੇ ਮੁਲਾਕਾਤੇਂ ਔਰ ਸੈਲਾਬੀ ਸੂਰਤ ਹਾਲ ਪਰ ਬ੍ਰੀਫਿੰਗ ਔਰ ਸਾਨੀਆ ਨਿਸ਼ਤਰ ਸੇ ਵੀ ਮਿਲੇਂਗੇ, ਬਾਰਿਸ਼ੋਂ ਔਰ ਸੈਲਾਬ ਮੁਤਾਸਰੀਨ ਕੀ ਬਹਾਲੀ ਮੇ ਕੋਈ ਕਸਰ ਨਹੀਂ ਆ ਛੋੜੇਂਗੇ। ਇਹ ਸਾਬਕਾ ਵਜ਼ੀਰ ਆਜ਼ਮ ਆ ਇਹ ਜਿਹੜੇ ਮਾਮਲਾਤ ਹੈਗੇ ਆ, ਇਮਰਾਨ ਖਾਨ ਨੇ ਹਕੂਮਤ ਨਾ ਲੀ ਜਾਤੀ ਤੋ ਆ ਮੁਲਕ ਟੁਕੜੇ ਟੁਕੜੇ ਹੋ ਜਾਤਾ, ਅਗਰ ਹਕੂਮਤ ਨਾ ਲੀ ਜਾਤੀ ਉਸੀ ਇਮਰਾਨ ਖਾਨ ਬੈਠੇ ਰਹਤਾ, ਇਹ ਜਿਹੜਾ ਇਹ ਫਜ਼ਲ ਰਹਿਮਾਨ ਨੇ ਟੁਕੜੇ 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 ਇਹਦਾ ਕੀਮਾ ਬਣ ਜਾਂਦਾ ਕੀਮਾ ਔਰ ਨਾਲ ਇਸਦੀ ਜਮਾਤ ਨਾ ਵੀ। ਔਰ ਹੁਣ ਤੁਹਾਨੂੰ ਇੱਕ ਅੱਛੀ ਸੀ ਗੱਲ ਦੱਸਾਂ, ਇਮਰਾਨ ਖਾਨ ਪਾਰਟੀ ਤਾਰੀਖੇ ਇਨਸਾਫ ਨਹੀਂ ਤਾਰੀਖੇ ਆ ਰੁਕਾਵਟ ਇਨਸਾਫ ਹੈ। ਇਹ ਨਜ਼ਰ ਬੁਖਾਰੀ ਸ਼ਹਿਜ਼ਾਦਾ ਚਾਰਲਸ ਕੇ ਅਸਾਮਾ ਬਿਨ ਲਾਦਨ ਕੇ ਆ ਭਾਈਓ ਸੇ 10 ਲੱਖ ਪਾਉਂਡ ਲੈਣੇ ਕਾ ਇਨਕਸ਼ਾਫ, ਆ ਇਹ ਇੰਪੋਰਟਡ ਹਕੂਮਤ ਕੇ ਜਾਣੇ ਸੇ ਪਹਿਲੇ ਹੀ ਕਿਤਨੀ ਤਬਾਹੀ ਹੋ ਗਈ, ਮਾਸ਼ਾ ਅੱਲਾ ਮਾਸ਼ਾ ਅੱਲਾ ਮਾਸ਼ਾ ਅੱਲਾ ਮਾਸ਼ਾ ਅੱਲਾ। ਇਹ ਸਲਾਬੀ ਮੁਤਸਰੀਨ ਕੇ ਲੀਏ ਮਾਲੀ ਇਮਦਾਦ ਕਾ ਐਲਾਨ, ਮੈਡੀਕਲ ਕੈਂਪ ਲਗਾਉਣੇ ਕਾ ਹੁਕਮ, ਹਾਂ ਇਹਨੇ ਆਪਣੇ ਬਹਿਣ ਭਾਈਓ ਕੋ ਤਨਹਾ ਨਹੀਂ ਛੋੜੇਂਗੇ। ਇਹ ਵੱਡੀਆਂ 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 ਜਿਹੜੀਆਂ ਗੱਲਾਂ ਹੈਗੀਆਂ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ, ਮਾਸ਼ਾ ਅੱਲਾ ਮਾਸ਼ਾ ਅੱਲਾ ਮਾਸ਼ਾ ਅੱਲਾ ਮਾਸ਼ਾ ਅੱਲਾ। ਆ ਜਿਹੜੀ ਗੱਲ ਹੁਣ ਨਜ਼ਰ ਆਉਂਦੀ ਪਈ ਆ ਪਾਕਿਸਤਾਨੀਓ ਮੁਬਾਰਕ ਹੋ, ਕਰਾਚੀ ਮੇ ਜਲਸੇ ਕੇ ਆ ਤੇਜ਼ ਨਿਸ਼ਾਨੇ ਪਰ ਜਾਂ ਰਾਤ ਗਏ ਬੜੀ ਤਬਦੀਲੀ, ਮੈਚ ਕਪਤਾਨ ਕੇ ਹੱਕ ਮੇ ਆ ਗਿਆ, ਪਾਕ ਫੌਜ ਕੋ ਜਲਸੇ ਸੇ ਦੂਰ ਕੀਆ ਗਿਆ, ਪੈਗਾਮ ਜ਼ੇਰੇ ਗੌਰ ਜਿਹੜੀ ਗੱਲ ਆਖੇ ਲਗਾਂ ਜ਼ੇਰੇ ਗੌਰ, ਰਹਿਨੁਮਾ ਪਾਕਿਸਤਾਨ ਮੁਸਲਿਮ ਲੀਗ ਅਤਾ ਤਾਰਟ ਕੀ ਮੀਡੀਆ ਸੇ ਗਿਫਤਗੋ, ਇਹ ਵੀ ਈ ਆਈ ਆ ਜਿਹੀ ਰੂਹ ਹੋਈ ਹੈ ਫਰਿਸ਼ਤੇ, ਇਹ ਅਤਾ ਤਾਰਟ ਇੱਧਰ ਮੇਰੀ ਗੱਲ ਸੁਣੀ ਕਿ ਨਹੀਂ ਆ, ਇਹਨਾਂ ਕੋਲ ਵੀ ਕੁਝ ਨਹੀਂ, ਅਮਰੀਕਾ ਦੁਬਾਰਾ ਮੁਤਹਰਕ ਕੌਣ ਕਿਸ ਸੇ ਆ ਮਿਲਾ, ਆ ਜਾਪਾਨੀ ਅਖਬਾਰ ਕਾ ਦਾਵਾ ਝੂਠ ਕੌਣ ਬੋਲ ਰਿਹਾ ਹੈ, ਯਾਰਾਂ ਅਸਤੀਫੋਂ ਕੀ ਅਸਲ ਕਹਾਣੀ ਕਿਆ ਹੈ। ਇਹ ਵੀ ਜ਼ਰਾ ਹੋਰ ਨਾਲ ਇਮਰਾਨ ਖਾਨ ਕੀ ਜਾਨ ਕੋ ਬੜਾ ਖਤਰਾ ਲਾਹਕ ਹੈ, ਆ ਪੀਰ ਪਿੰਜਰ ਸਰਕਾਰ ਕੀ ਬੜੀ ਪੇਸ਼ਗੋਈ ਹੈਰਤ ਅੰਗੇਜ਼ ਔਰ ਬੜੀ ਤਬਾਹੀ ਆਉਣ ਵਾਲੀ ਹੈ। ਔਰ ਜਿਹੜੀ ਗੱਲ ਤੁਹਾਨੂੰ ਆਖ ਛੋੜੀ ਵੱਡੀ ਆਖ ਛੋੜੀ, ਮੁਸਲਿਮ ਲੀਗ ਨੂਨ ਕੇ ਟੁਕੜੇ ਟੁਕੜੇ ਟੁਕੜੇ, ਨਵਾਜ਼ ਸ਼ਰੀਫ ਕਿਸ ਪਰ ਗੁੱਸਾ ਮੈਂ ਆ ਗਏ, ਆ ਫੌਜ ਸੇ ਡੀਲ ਕਿਸ ਨੇ ਨਾਕਾਮ ਕੀ, ਬੜੀ ਸ਼ਖਸੀਅਤ ਕਾ ਇਨਕਸ਼ਾਫ, ਸ਼ਹਿਬਾਜ਼ ਸ਼ਰੀਫ ਕੇ ਖਿਲਾਫ਼ ਪਾਰਟੀ ਕੀ ਚਾਰਜਸ਼ੀਟ, ਪਾਰਟੀ ਕਿਆਦਤ ਮੈਂ ਤਬਦੀਲੀ ਕੇ ਇਸ਼ਾਰੇ, ਹਾਂ ਜਿਹੜੀ ਗੱਲ ਆਖੇ ਲਗਾਉਂਦਾ ਇੱਧਰ ਗੌਰ ਨਾਲ, ਨਵਾਜ਼ ਸ਼ਰੀਫ ਕਿਤਨੀ ਦਫ਼ਾ ਆ ਪਾਕਿਸਤਾਨ ਕੇ ਵਜ਼ੀਰ ਆਜ਼ਮ ਬਣੇਗੇ, ਇਮਰਾਨ ਖਾਨ ਹਕੂਮਤ ਔਰ ਮੁਦਤ ਪੂਰੀ ਨਹੀਂ ਕਰੇਂਗੇ, 2022 ਮੇ ਨਏ ਇਲੈਕਸ਼ਨ ਆ ਹੋਂਗੇ ਔਰ ਕੌਣ ਜੀਤੇਗਾ, ਆ ਬੜੀ ਪੀਰ ਪਿੰਜਰ ਸਰਕਾਰ ਕੀ ਪੇਸ਼ਨ ਗੋਈ। ਇਹ ਜਿਹੜੇ ਦਿਲਾਸੇ ਦਿਲੂਸੇ ਮਾਮਲਾਤ ਹੈਗੇ ਨੇ ਬੜੇ ਵੱਡੇ ਨੇ, ਬੜੇ ਵੱਡੇ 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 ਵੱਡੇ, ਪਰਵੇਜ਼ ਲਾਈ ਕੀ ਵਜ਼ਾਰਤ ਤੇ ਆਲਾ ਖਤਰੇ ਮੇ, ਪੰਜਾਬ ਮੇ ਦੁਬਾਰਾ ਹੁਕਮਰਾਨੀ ਕੇ ਬੋਨ ਪਲਾਨਿੰਗ ਸ਼ੁਰੂ, ਸਿਆਸਤ ਕਾ ਬੇੜਾ ਗਰਕ ਕਰ ਦਿਆ, ਆ ਨਵਾਜ਼ ਸ਼ਰੀਫ ਸਖਤ ਨਾਲਾਂ, ਆ ਛੋਟੇ ਭਾਈ ਕੀ ਕਲਾਸ ਲੈ ਲਈ, ਆ ਪੀਰ ਪਿੰਜਰ ਨੇ ਅੰਦਰੂਨੀ ਖਬਰੋਂ ਪਰ ਬੜੀ ਮਹਾਜ਼ ਖੋਲ ਦਿਆ ਔਰ ਪਟਾਈ ਵੀ ਕਰਵਾ ਦੀ।
ये वड़ी गल है, वड़ी 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 फजले रहमान ने नवाज शरीफ की लंका डा दी। इमरान खान के दो अहम ऐलानात और तैयारियां, मुल्की तारीख के सबसे बड़ी चोरी, ये बड़ी जड़ी चोरी की इसी भी सारा कुछ है। साफियों को क्यों नवाजा गया, PDM हुकूमत का भांडा फूट गया। इतजाज हसन ने बता दिया मामलात नहीं ठीक है, ना 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 ना, एक अंग्रेज बजाय खोती ऊपर खोते थे चढ़ने के बजाय ये नबी अलैहिस्सलाम ने मोहब्बत उन्हें मेरी गल सुनी कि नहीं, उन्होंने दर्द उन्होंने प्यार ये उसने रोंगिया लगा दा पता नहीं थोड़ा के उसी हाल, ये एक बकरी से आप चढ़िया नाल समान भी दूजे पर समान रखे रहा, ये पागल गोरा पत्ने कितों निकल आया इधर मेरी गल सुनी कि नहीं, ये 14 साल से लैके ये 14 14 28 28 तो लैके 52 54 ये 70 साल का भी कोई बीमार हो इसनों ये दम किता ला पानी पिलाओ माशाअल्लाह 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 अल्लाह सेहत देसी सेहत सेहत जिहड़ी गल तुहानू आखना पिया वड्डी गल दे दित्ती, ये एक दफा तुसी पानी तो पियाओ ना। आलमी जंग कब और कौन से साल होगी, आलमी जंग 2-3 महीनों में हो रही है, ये 2-3 महीने च नहीं होए लगी दी, अपने कोलो बोंगियां ना छोड़िया करो। हाँ दुनिया की आधी आबादी खत्म आदि पर हुकूमत का मंसूबा, सिंध में तारीख का सबसे बड़ा जलजला, सिंध बिच भी और हिंद बिच भी और हिंदुस्तान बिच भी अगली कोरोना की लहर फिर भारत से उठती दिखाई दे रही है, बेशुमार लाशां गिरसन जेड़ी गल तुहानू आखना पिया एक और नाल सुनियो, पाकिस्तान में बहुत जो भारत से तनख्वाह लेते हैं आप पकड़े जाने हैं और अमेरिका की तबाही कैसे होगी। आप बयान के सरबराह पाकिस्तान से बड़ी फरमाइश करने वाले जो पाकिस्तानी मान लेंगे, ये जड़ी गल तुहानू आखी वड्डी गल तुहानू दे दी थी वड्डी 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 वड्डी। इमरान खान इधर मेरी गल सुनी कि नहीं, ये जेड़ा मामला है इधर मेरी गल सुनी कि नहीं, 13 साल हुकुमरानी कर सकना है, ये जड़े सारिया जड़िया जमात हैं निकिया से लैके वड्डिया तक ये सारिया छतियां दियाँ छती ए खान ने खिलाफ काम करन, खान नू नहीं हरा सकनी है, ना 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 ना, ये जड़ी गल तुहानू आखे लगदा ये वड्डी गल तुहानू दे दित्ती। कमाल कर दिया चाइना ने 81 सेकेंड की वीडियो रिलीज करके सुपर पावर अमरीका के घुटने में गिरा दिया। अमरीकी स्पीकर का ताइवान को दौरा कैंसल, जहाज हुआ मैं तबाह हो सकता हूँ तुम्हें भी तबाह कर दूंगा, जेड़ी गल आखी ठीक आखी। हाँ एक और अमरीकी साजिश, हाँ परवेज लाई ने नया पनौड़ा बक्स खोल दिया, जेड़ी गल आखना पिया ये मुस्कुराते अंदरों तेल देंदे, मैं जेड़ी गल आखना पिया ये याद रखियो, याद याद याद, याद।